देख कर मेरी याद रखी। ऐसा किसी भी मसलों से हाथ छुपकर लगे ना जरूर सोच लें। अस्सलाम वालेकुम नादरी, मैं तारक सानी ते तुसी वेख रहे हो मेरे YouTube चैनल रैबर एंटरटेनमेंट प्लस। और आज बड़ी ही जबरदस्त फिल्म लैके तुहाडी खिदमत विच हाजिर हो रहे हां। रिव्यू तुहानू इंशाल्लाह पसंद आएगा। और जिहड़ी फिल्म लैके मैं तुहाडी खिदमत विच हाजिर हो रहे हां, उस फिल्म दा नां है गुरु चेला। गुरु चेला 16 अप्रैल 1993 बरोज जिमा रिलीज होने वाली एक रंगीन पंजाबी फिल्म से। इस फिल्म का मौजू भी लड़ाई मार कुटाई जदादें दे झगड़े इंतकाम इससे मबनी है। इस फिल्म का टाइटल रोल जिहड़ा अदा कीता है वह गुरु जिहड़ा सुल्तान रही हुंदा है और चेला जिहड़ा ना वह जान रैंबो हुंदा है। इस फिल्म के अदाकार सुल्तान रही, जान रैंबो, साहिबा, आरफ लोहार, शायदा मिनी, तारक शाह, हमायूं कुरैशी, शफकत चीमा, हदायत शाहिद राणा, मुसन्निफ जाफर अर्श, फिल्म साद उस्मान बाबर ते एजा म्यूजिक दिता है जुल्फकार अली ने। शीशे से दूर पई होवे ते अपना आप नजर नहीं आंदा। ओए पहले जी दूर की तेरी अखाच पई है ते तू आज अपने। आरफ लोहार ने इस फिल्म विच जानी दा करैक्टर अदा कीता है। जानी एक तांगे वाला होंदा है और उदा काम में मजदूरी करके गरीब लोगों की मदद करना। शायदा मिनी गुड़िया को बच के आती है, पेस बदल के एदे को रहती है। शायदा मिनी का नाम मोती होंदा है। और चंद दिनों तो बाद जानी नूं ये पता चल जाता है कि यह मोती लड़की है, लड़का नहीं है। आपस जिस तरह फिल्मां देखिया कि तुसी आपस उन्हां दा प्यार हो जाता है, आपस प्यार मुहब्बत कर दें। जानी का एक दोस्त होंदा है भोला, भोले का करैक्टर जावेद कोडू ने अदा किया है। और साहिबा ने इस फिल्म साहिबा का रोल अदा किया है। जान रैंबो का नाम इस फिल्म साहिब होंदा है ते साहिबा का नाम साहिबा होंदा है। साहिब ते साहिबा एक दूजे नाल प्यार करते हैं। जान रैंबो ने एक बुजदिल और डरपोक शख्स का किरदार अदा किया है। ਜਿਹੜਾ ਬਹੁਤ ਸਾਰੀ ਫਿਲਮਾਂ ਤੁਸੀਂ ਆ ਕਰੈਕਟਰ ਵੇਖਿਆ ਹੋਣੇ, ਜਿਹੜਾ ਹਰ ਗੱਲ ਤੋਂ ਡਰਦਾ ਹੈ। ਯਾਰ ਤੂੰ ਕਿੱਥੇ ਚਲਾ ਗਿਆ ਸੈਂ? ਤੇਰੀ ਸਹਿਬਾ ਤੇਰੀ ਯਾਦ ਵਿੱਚ ਸ਼ੁਦਾ ਹੈ। ਉਹਦੀ ਸਾਰੀ ਜਾਇਦਾਦ ਉੱਤੇ ਉਹਦੇ ਚਾਚਾ ਮੀਆਂ ਖਾਨ ਨੇ, ਜਿਹੜਾ ਕਿ ਮਨਸੂਰ ਬਲੋਚ ਪੀ ਟੀ ਵੀ ਦਾ ਬਹੁਤ ਮਸ਼ਹੂਰ ਐਕਟਰ ਸੀ, ਕਰਾਚੀ ਤੋਂ ਬਹੁਤ ਸਾਰੇ ਡਰਾਮੇ ਉਹਨਾਂ ਨੇ ਕੀਤੇ ਨੇ। ਮੀਆਂ ਖਾਨ ਨੇ ਉਹਦੀ ਜਾਇਦਾਦ 'ਤੇ ਕਬਜ਼ਾ ਕੀਤਾ ਹੁੰਦਾ ਹੈ। ਮੀਆਂ ਖਾਨ ਦਾ ਪੁੱਤਰ ਹੁੰਦਾ ਹੈ ਜੰਗੀ, ਜਿਹੜਾ ਸ਼ਫਕਤ ਚੀਮਾ ਹੁੰਦਾ ਹੈ। ਉਹ ਸਾਹਿਬ ਤੇ ਜਾਨ ਰੈਂਬੋ ਤੇ ਬਹੁਤ ਜ਼ੁਲਮ ਕਰਦਾ ਹੈ। ਜਾਨ ਰੈਂਬੋ ਬੋਰਡਰ ਪੋਕ ਹੁੰਦਾ ਹੈ। ਅਚਾਨਕ ਉਸ ਦੀ ਮੁਲਾਕਾਤ ਗੁਰੂ ਨਾਲ ਹੋ ਜਾਂਦੀ ਹੈ। ਗੁਰੂ ਦਾ ਕਰੈਕਟਰ ਇਸ ਫਿਲਮ ਅਦਾਕਾਰ ਸੁਲਤਾਨ ਰਈ ਨੇ ਅਦਾ ਕੀਤਾ ਹੈ ਤੇ ਗੁਰੂ ਇੱਕ ਸਮਝਦਾਰ ਔਰ ਬਹਾਦਰ ਸ਼ਖਸ ਹੁੰਦਾ ਹੈ। ਗੁਰੂ ਸਮਝਦਾਰ ਔਰ ਬਹਾਦਰ ਸ਼ਖਸ ਹੁੰਦਾ ਹੈ। ਜਾਨ ਰੈਂਬੋ ਉਸ ਨੂੰ ਮਿੰਨਤ ਅੱਲਾ ਕਰਦਾ ਹੈ ਕਿ ਮੈਨੂੰ ਵੀ ਉਹ ਗੁਰੂ ਉਹ ਲੜਾਈ ਉਹ ਮਾਰ ਕੁਟਾਈ ਸਿਖਾ ਦੇ। ਆਖਰ ਬੜੀ ਮਿੰਨਤ ਸਮਾਜਤ ਤੋਂ ਬਾਅਦ ਜਾਨ ਰੈਂਬੋ ਨੂੰ ਆਪਣਾ ਚੇਲਾ ਬੁਲਾ ਲੈਂਦਾ। ਜਾਨ ਰੈਂਬੋ ਉਸਨੂੰ ਆਪਣਾ ਗੁਰੂ ਮੰਨ ਲੈਂਦਾ ਹੈ ਔਰ ਉਹ ਜਾਨ ਰੈਂਬੋ ਨੂੰ ਆਪਣਾ ਚੇਲਾ ਬੁਲਾ ਲੈਂਦਾ ਹੈ। ਔਰ ਤਾਰਕ ਸ਼ਾਹ ਨੇ ਫਿਲਮ ਦੇ ਅੰਦਰ ਸਿੰਘਾਲ ਦਾ ਕਰੈਕਟਰ ਅਦਾ ਕੀਤਾ ਹੈ, ਜਿਹੜਾ ਕਿ ਵਿਲਨ ਹੁੰਦਾ ਹੈ। ਔਰ ਉਹ ਅਤੇ ਮੀਆਂ ਖਾਨ ਮਿਲ ਕੇ ਜਾਨ ਰੈਂਬੋ ਨੂੰ ਅਗਵਾ ਕਰਦੇ ਨੇ, ਉਹਨੂੰ ਮਾਰਦੇ ਨੇ, ਉਹਨੂੰ ਕੁੱਟਦੇ ਨੇ। ਗੁਰੂ ਔਰ ਚੇਲੇ 'ਚ ਗਲਤ ਫਹਿਮੀ ਹੋ ਜਾਂਦੀ ਹੈ, ਦੋਨਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਔਰ ਐਂਡ ਉੱਤੇ ਉਹਨਾਂ ਦੀ ਆਪਸ ਵਿੱਚ ਸੁਲਾਹ ਹੋ ਜਾਂਦੀ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖੋਗੇ। ਇਹ ਫਿਲਮ ਤੁਹਾਨੂੰ ਬੋਰ ਨਹੀਂ ਹੋਣ ਦੇਗੀ, ਬੜੀ ਅੱਛੀ ਫਿਲਮ ਹੈ। ਔਰ ਤੁਹਾਨੂੰ ਇਹ ਪਤਾ ਚੱਲੇਗਾ ਕਿ ਹੁਣ ਸੁਲਤਾਨ ਰਾਜ ਸਾਹਿਬ ਦੀਆਂ ਮੈਂ ਕੀ ਤਾਰੀਫਾਂ ਕਰਾਂ। ਸੁਲਤਾਨ ਰਾਜ ਵਾਕਈ ਫਨ ਦਾ ਸਮੁੰਦਰ ਹੈ, ਫਨ ਦਾ ਸੁਲਤਾਨ ਹੈ। ਬੜੀ ਅੱਛੀ ਐਕਟਿੰਗ ਹੈ, ਬੜਾ ਹੀ ਅੱਛਾ ਕੰਮ ਹੈ। ਤਾਰਕ ਸ਼ਾਹ ਨੇ ਬੜਾ ਅੱਛਾ ਕੰਮ ਕੀਤਾ ਹੈ। ਜਾਨ ਰੈਂਬੋ ਨੇ ਉਛਲ ਕੁੱਦ ਬੜੀ ਅੱਛੀ ਕੀਤੀ ਹੈ, ਕਾਮੇਡੀ ਅੱਛੀ ਕੀਤੀ ਹੈ। ਆਰਫ ਲੋਹਾਰ ਦੇ ਇੱਕ ਦੋ ਗਾਣੇ ਬੜੇ ਅੱਛੇ ਨੇ। ਸ਼ਾਇਦਾ ਮਿਨੀ ਨੇ ਜਿਹੜਾ ਰੋਲ ਕੀਤਾ ਹੈ ਮੋਤੀ ਦਾ, ਬੜਾ ਹੀ ਅੱਛਾ ਕੀਤਾ ਹੈ। ਗਰਜ਼ ਹੈ ਕਿ ਕਾਮੇਡੀ ਵੀ ਹੈ, ਸਸਪੈਂਸ ਵੀ ਹੈ, ਲੜਾਈ ਵੀ ਹੈ, ਮਾਰ ਕੁਟਾਈ ਵੀ ਹੈ ਔਰ ਅੱਛਾ ਮਿਊਜ਼ਿਕ ਵੀ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਕਰੋ ਲਾਈਕ, ਕਮੈਂਟਸ ਜ਼ਬਰਦਸਤ ਕਰਕੇ ਠੋਕੋ ਔਰ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ। ਔਰ ਨੈਕਸਟ ਵੀਡੀਓ ਤੱਕ ਰੱਬ ਰਾਖਾ।